ਕਹਿੰਦੇ ਜੋ ਚਾਰ ਪੰਜਾਬੀ ਇਕੱਠੇ ਹੋਏ ਨਾ ਉਦੋਂ ਹੀ ਮਾਨ ਹੁੰਦੇ, ਇੱਥੇ ਤਾਂ ਬੇਸ਼ੁਮਾਰ ਮਾਨ, ਉਹਨੇ ਹੀ ਸੰਧੂ, ਉਹਨੇ ਹੀ ਸਿੱਧੂ, ਬੇਸ਼ੁਮਾਰ ਸ਼ਰਮੇ ਭਰੇ ਹੋਏ ਆ, ਅਤੇ ਉਹਨਾਂ ਸਾਰਿਆਂ ਲਈ ਅਸੀਂ ਇੱਕ ਵਾਰ ਜ਼ੋਰਦਾਰ ਤਾਲੀਆਂ ਮਾਰਾਂਗੇ ਤਾਂ ਕਿ ਜਿਹੜੀ ਤਾਲੀਆਂ ਸਾਨੂੰ ਪੰਜਾਬ ਤੱਕ ਸੁਣਾਈ ਦੇਣ। ਇੱਥੇ ਸਾਡੇ ਪੰਜਾਬ ਦੇ ਬਹੁਤ ਸਾਰੇ ਸਟਾਰ ਆਏ ਨੇ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕਰਾਂਗੇ, ਉਹ ਕੁਛ ਐਸੀਆਂ ਇੱਥੇ ਪਰਫੋਰਮੈਂਸਿਸ ਵੀ ਕਰਨਗੇ ਜਿਹੜੇ ਸਾਨੂੰ ਬਹੁਤ ਐਂਟਰਟੇਨ ਕਰਨ ਵਾਲੀਆਂ। ਲੇਕਿਨ ਇਹ ਉਹ ਆਰਟਿਸਟ ਨੇ ਜਿਨ੍ਹਾਂ ਨੇ ਸਾਨੂੰ ਹਸਾਇਆ, ਨਚਾਇਆ, ਗਵਾਇਆ ਅਤੇ ਰੁਲਾਇਆ ਵੀ, ਅਤੇ ਰੁਲਾਇਆ ਉਦੋਂ ਕਿ ਜਦੋਂ ਇੱਕ ਮਾੜੀ ਫਿਲਮ ਦਿਖਾ ਦਈਏ ਪੈਸੇ ਖਰਚ ਕੇ ਜਾਣੇ ਹੋ, ਜਿਹੜਾ ਰੋਣਾ ਨਿਕਲਦਾ ਨਾ ਉਹ ਵਾਲਾ ਰੋਣਾ। ਅਤੇ ਇੱਥੇ ਤਾਂ ਮੈਂ ਐਕਚੁਲੀ ਅਵਾਰਡ ਦਾ ਫੰਕਸ਼ਨ ਅਟੈਂਡ ਕਰਨ ਆਇਆ ਸੀ, ਪਰ ਜਦੋਂ ਮੈਂ ਨੀਰੂ ਨੂੰ ਬੈਠੇ ਦੇਖਿਆ ਉੱਥੇ ਮੇਰਾ ਮੂਡ ਬਦਲ ਗਿਆ। ਮੈਂ ਕਹਿੰਦਾ ਨੀਰੂ ਛੱਡ ਪਰਾਂ, ਅਵਾਰਡ ਕੀ ਕਰਨਾ, ਆਪਾਂ ਬੈਠੇ ਕੌਫੀ ਕੂਫੀ ਪੀ ਲਈਏ, ਚੱਲ ਪਿੱਛੇ ਯਾਰ ਅਵਾਰਡ ਹੁੰਦਾ ਰੋ। ਹੈਲੋ ਹੈਲੋ, ਮੈਂ ਜਾ 2 ਮਿੰਟ, ਇਹ ਕਾਹਦੀਆਂ ਸੀਟੀਆਂ ਸਟੇਜ 'ਤੇ ਵਿਦਿਆ ਬਾਲਨ ਆਈ ਹੈ? ਹੈਲੋ ਐਸ ਐਸ ਪੀ ਸਾਹਿਬ। ਹਾਂਜੀ ਜਨਾਬ, ਮੈਂ ਟੋਰਾਂਟੋ ਪਹੁੰਚ ਗਿਆ ਜੀ, ਪਰ ਲੱਗਣ ਨਹੀਂ ਰਿਹਾ ਜੀ ਕਨੇਡਾ। 20,000 ਪੰਜਾਬੀ ਨੇ, 4-5 ਗੋਰੇ ਘੁੰਮੀ ਫਿਰਦੇ ਨੇ, ਮੈਨੂੰ ਲੱਗਣ ਨਹੀਂ, ਮੈਨੂੰ ਇੱਦਾਂ ਲੱਗਣ ਦੇ 4-5 ਗੋਰੇ ਬਠਿੰਡੇ ਆਏ ਨੇ, ਅਸੀਂ ਨਹੀਂ ਆਏ ਇੱਥੇ। ਹਾਂਜੀ ਹਾਂਜੀ ਜੀ 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 ਹਾਂਜੀ, ਜ਼ਿਆਦਾ ਦੁਆਬੇ ਵਾਲੇ ਨੇ ਜੀ। ਹਾਂਜੀ ਹਾਂਜੀ, ਇਹ ਮੈਂ ਤੇ ਐਸ ਐਸ ਪੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਦੇਸ਼ ਦੀ ਵੰਡ ਹੋਈ ਸੀ ਨਾ 47 ਦੇ ਵਿੱਚ, ਇਹ ਸਾਨੂੰ ਜਲੰਧਰ, ਫਗਵਾੜਾ ਅਤੇ ਹੁਸ਼ਿਆਰਪੁਰ ਉਦੋਂ ਹੀ ਦੇ ਦੇਣੇ ਚਾਹੀਦੇ ਸੀ ਕਨੇਡਾ ਨੂੰ। ਹਾਂਜੀ ਹਾਂਜੀ, ਸਫਾਈ ਬਹੁਤ ਜ਼ਿਆਦਾ ਹੈ ਜੀ, ਇੰਨੀ ਸਫਾਈ, ਇੰਨੀ ਸਫਾਈ, ਮੈਨੂੰ ਤਾਂ ਕਾਹਲੀ ਪੈਣ ਲੱਗ ਪਈ ਹੈ। ਉਹ ਤਾਂ ਹਾਰ ਕੇ ਫਿਰ ਮੈਂ ਆਪ ਗੰਦੀਆਂ ਜਰਾਬਾਂ ਪਾ ਕੇ ਆਇਆ, ਤਾਂ ਕਰਕੇ ਮੈਨੂੰ ਥੋੜ੍ਹਾ ਜਿਹਾ ਸਾਹ ਆਇਆ। ਹਾਂਜੀ ਹਾਂਜੀ, ਡਸਟਬਿਨ ਹਰ ਜਗ੍ਹਾ ਰੱਖਿਆ ਨਾ, ਇਸ ਕਰਕੇ ਸਫਾਈ ਹੈ ਸਰ। ਨਹੀਂ ਡਸਟਬਿਨ ਤਾਂ ਅਸੀਂ ਪੰਜਾਬ 'ਚ ਵੀ ਰਖਾ ਦਈਏ, ਪਰ ਮੈਨੂੰ ਡਰ ਕਿਤੇ ਚੁੱਕੇ ਨਾ ਜਾਣ। ਹਾਂਜੀ ਹਾਂਜੀ, ਸਰਵੀਨ ਚਾਵਲਾ ਆ ਗਈ ਹੈ ਜੀ, ਨੀਰੂ ਬਾਜਵਾ ਆ ਗਈਆਂ ਨੇ, ਮੈਂ ਜੇ 2 ਮਿੰਟ ਭੈਣ ਬੈਠੀ ਹੈ, ਸੋਹਣੀ ਸਵਰਗੀ ਮੇਰੇ ਕੱਲ੍ਹ ਰੋਲਾ ਪਾਈ ਜਾਂਦੇ ਜੀ। ਸਰਵੀਨ ਚਾਵਲਾ ਆ ਗਈ ਇਹਨੇ, ਵੇਖੀ ਤਾਂ ਨਹੀਂ ਮੈਂ ਵੀ, ਪਰ ਮੈਂ ਇੱਥੇ ਗਿੱਪੀ ਅਤੇ ਮਰਿੰਦਰ ਘੁੰਮਦੇ ਵੇਖੇ ਨੇ, ਉੱਥੋਂ ਮੈਂ ਹਿਸਾਬ ਲਾਇਆ ਵੀ ਆ ਗਈ ਹੋਣੀ ਹੈ, ਇਹ ਵੀ ਉਹਦੇ ਚੱਕਰਾਂ 'ਚ ਆਏ, ਨਹੀਂ ਤਾਂ 3-4 ਦਿਨ ਪਹਿਲਾਂ ਕਿਹੜਾ ਹੁੰਦਾ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ, ਜੈ ਹਿੰਦ ਜੈ ਹਿੰਦ। ਓਕੇ ਜਨਾਬ, ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਅਤੇ ਸਭ ਤੋਂ ਪਹਿਲਾਂ ਸਾਡੇ ਸੈਣੀ ਸਾਹਿਬ ਨੂੰ ਜਿਨ੍ਹਾਂ ਨੇ ਐਡਾ ਵੱਡਾ ਪੰਗਾ ਲਿਆ। ਨਹੀਂ ਕੰਮ ਤਾਂ ਚੰਗਾ ਕੀਤਾ, ਲੇਕਿਨ ਪ੍ਰੋਬਲਮ ਕੀ ਹੁੰਦੀ ਹੈ ਸਾਡੇ ਡਿਪਾਰਟਮੈਂਟ ਦੇ ਵਿੱਚ, ਇਹੋ ਜਿਹੀ ਚੀਜ਼ ਨੂੰ ਐਡਾ ਵੱਡਾ ਜਦੋਂ ਬੰਦਾ ਕੰਮ ਕਰਦਾ ਉਹਨੂੰ ਪੰਗਾ ਹੀ ਕਹਿੰਦੇ ਨੇ। ਬਾਕੀ ਕਿਉਂਕਿ ਮੈਂ ਇਸ ਗੱਲ 'ਤੇ ਜ਼ਿਆਦਾ ਖੁਸ਼ ਹਾਂ, ਇੰਨੇ ਸਾਰੇ ਕਲਾਕਾਰ ਜਹਾਜ਼ 'ਚ ਬੁਲਾਏ ਨੇ ਇਹਨਾਂ ਨੇ ਇੰਡੀਆ ਤੋਂ, ਔਰ ਹੈਰਾਨੀ ਵਾਲੀ ਗੱਲ ਇਹ ਹੈ ਵੀ ਰਾਣਾ ਰਣਵੀਰ ਹੁਣ ਵੀ ਜਹਾਜ਼ 'ਚ ਆਏ ਨੇ, ਨਹੀਂ ਤਾਂ ਪਹਿਲਾਂ ਹਰਭਜਨ ਮਾਨ ਦੀ ਢੋਲਕੀ ਵਾਲੇ ਬੈਗ 'ਚ ਵੜ ਵੜ ਕੇ ਆ ਜਾਂਦੇ ਹੁੰਦੇ ਸੀਗੇ। ਵੈਸੇ ਇੱਕ ਗੱਲ ਮੈਂ ਇੱਥੇ ਨੋਟ ਕੀਤੀ ਹੈ, ਜੈ ਹਿੰਦ ਧਰਮਿੰਦਰ ਸਾਹਿਬ, ਇੱਕ ਗੱਲ ਮੈਂ ਇੱਥੇ ਨੋਟ ਕੀਤੀ ਭਾਜੀ, ਇੱਥੋਂ ਦੇ ਟਰੱਕ ਡਰਾਈਵਰ ਜਿਹੜੇ ਬਿਨਾਂ ਭੁੱਕੀ ਤੋਂ ਹੀ ਟਰੱਕ ਟਰੁੱਕ ਚਲਾਈ ਜਾਂਦੇ ਆ, ਇਹਨਾਂ ਨੂੰ ਪੁੱਛਣ ਵਾਲੇ ਕੋਈ ਨਹੀਂ, ਬਿਨਾਂ ਭੁੱਕੀ ਤੋਂ ਟਰੱਕ ਚਲਾਈ ਜਾਂਦੇ ਵੀ ਕਿਤੇ ਵੱਜ ਵੁੱਜ ਗਿਆ ਤਾਂ ਫਿਰ, ਪਰ ਇਹ ਨਹੀਂ ਕਰਦੇ ਕੁਰਦੇ ਨਸ਼ਾ ਨੁਸ਼ਾ, ਕਿਉਂਕਿ ਇਹਨਾਂ ਨੂੰ ਜਨਾਨੀਆਂ ਦਾ ਨਸ਼ਾ ਬੜਾ ਆਪਣੀ ਗੋਰੀਆਂ ਚਿੱਟੀਆਂ, ਇੱਧਰ ਥਾਣੇਦਾਰ ਲੱਗ ਕੇ ਵੀ ਜਨਾਨੀ ਮੁੱਛਾਂ ਵਾਲੀ ਮਿਲੀ ਸਾਨੂੰ। ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਹਾਂਜੀ, ਇੱਥੇ ਸਾਡਾ ਅਵਾਰਡ ਸ਼ੋਅ ਚੱਲ ਰਿਹਾ ਹੈ, ਤੁਸੀਂ ਕੀ ਕੀ ਕਰ ਕੀ ਰਹੇ ਹੋ ਤੁਸੀਂ ਇੱਥੇ? ਹੈਂ, ਅਵਾਰਡ ਸ਼ੋਅ 'ਚ ਕਿਵੇਂ ਡਿਸਟਰਬ ਕਰਨ ਆ ਗਏ ਤੁਸੀਂ ਇੱਥੇ? ਮੈਂ ਡਿਸਟਰਬ ਨਹੀਂ ਕਰਨਾ ਆਇਆ, ਮੈਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਸੀਗਾ, ਉਹ ਕਹਿੰਦੇ ਵੀ ਸਾਡੇ ਬੰਦੇ ਤੁਹਾਡੇ ਕੋਲ ਨਹੀਂ ਸਮਝ ਜਾਂਦੇ ਅਤੇ ਤੁਹਾਡੇ ਸਾਡੇ ਕੋਲ ਨਹੀਂ ਸਮਝ ਜਾਂਦੇ। ਉਹ
ਬਾਪੂ ਮੈਂ ਕਿਹਾ ਅਸੀਂ ਤਾਂ ਫਿਰ ਵੀ ਗੋਰੇ ਗੋਰੇ ਸਾਂਭ ਸੁਭ ਲੈਂਦੇ, ਤੁਹਾਡੇ ਕੋਲ ਨਹੀਂ ਸਾਂਭ ਜਾਣੇ ਸਾਡੇ, ਮੈਂ ਫਿਰ ਇਸ ਕਰਕੇ ਆਇਆ, ਤੁਹਾਨੂੰ ਤਾਂ ਪਤਾ ਸਾਡੀ ਸਿਕਿਉਰਿਟੀ ਕਿੰਨੀ ਟਾਈਟ ਆ, ਹਾਲੇ ਤਾਂ ਮੈਂ ਦੋ ਹੀ ਲਾਏ ਨਿੱਕੇ ਨਿੱਕੇ, ਦੋ ਕਿਤੇ ਹੋਰ ਲਾਏ ਹੁੰਦੇ ਤਾਂ ਜ਼ਿਆਦਾ ਟਾਈਟ ਹੋ ਜਾਣਾ ਸੀ ਕੰਮ। ਭਾਈ ਇਹ ਟਾਈਟ ਹੋਣ ਦੀ ਗੱਲ ਨਾ ਕਰੋ, ਕੀ ਆਪਣੇ ਪੰਜਾਬੀ ਭਰਾ ਬੈਠੇ ਜੋ ਖਾਣ ਪੀਣ ਦੀ ਗੱਲ ਹੋਏ ਨਾ, ਜੀ ਕਰ ਦਿੰਦਾ ਪੀ ਪੈਣ ਨੂੰ। ਅੱਛਾ, ਵੈਸੇ ਹੋ ਕੀ ਰਿਹਾ ਇੱਥੇ? ਭਾਈ ਇੱਥੇ ਸਾਡੇ ਅਵਾਰਡ ਸ਼ੋਅ ਹੋ ਰਹੇ, ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ। ਓਕੇ, ਅਤੇ ਇੱਥੇ ਜਿੰਨੇ ਪੰਜਾਬੀ ਨੇ ਨਾ ਸਾਰੇ ਵੇਖਣ ਆਏ ਕਿ ਕਿੰਨੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਆਪਾਂ ਇਹਨਾਂ ਨੂੰ ਦਿਖਾਉਣ ਲੈ ਕੇ ਆਏ ਹਾਂ। ਫੈਨ ਆਏ ਨੇ? ਫੈਨ ਨੇ ਬਹੁਤ ਸਾਰੇ ਭਾਜੀ। ਇਹ ਫੈਨ ਤੇ ਜਿਹੜੀ ਕੁੜੀਆਂ ਬੈਠੀਆਂ ਨਾ, ਨੀਰੂ ਹੋਣੀ ਅਤੇ ਆ ਸੁਰਵੀਨ ਹੋਣੀ, ਫੈਨ ਤਾਂ ਇਹਨਾਂ ਦੇ ਆਏ ਨੇ, ਬਾਕੀ ਤਾਂ ਅਮਰਿੰਦਰ ਅਤੇ ਗਿੱਪੀ ਹੋਣਾਂ ਦੇ ਰਿਸ਼ਤੇਦਾਰ ਹੀ ਆਏ ਨੇ ਮੈਨੂੰ ਲੱਗਦਾ। ਭਾਈ ਮੈਂ ਇੱਕ ਕੱਲ੍ਹ ਮੁੰਡੇ ਨੂੰ ਮਿਲਿਆ। ਅੱਛਾ, ਕਹਿੰਦਾ ਮੇਰਾ ਨੀਰੂ ਨਾਲ ਵਿਆਹ ਹੀ ਕਰਾ ਦੇ ਯਾਰ, ਮੈਂ ਉਹਦੇ ਲਈ ਵਿਆਹ ਕਰਾ ਦੇਣਾ, ਮੈਂ ਉਹਦੇ ਲਈ ਚੰਨ ਤਾਰੇ ਵੀ ਤੋੜ ਕੇ ਲਿਆ ਸਕਦਾ। ਚੰਨ ਤਾਰੇ ਤੋੜਨ ਨੂੰ ਕਹਿੰਦਾ? ਬਿਲਕੁਲ, ਐਡੀ ਦੂਰ ਜਾਣ ਦੀ ਕੀ ਲੋੜ ਹੈ, ਮੇਰੇ ਨਾਲ ਕਿਤੇ ਕਾਫੀ ਪੀਣ ਚੱਲ ਜਾਏ, ਮੈਂ ਉੱਥੇ ਚੰਨ ਚਾੜਦਾ ਅਤੇ ਮੇਰਾ ਨਾਂ ਬਦਲ ਦਿਓ। ਭਾਜੀ ਆਹ ਗੱਲ ਤੋਂ ਫੜੋ ਜਿਹੜਾ 100 ਦਾ ਨੋਟ, ਜਿਹੜੇ ਨੀਰੂ ਵਾਲੀ ਸੀਟ ਜੇ ਨਾਲ ਤੀ ਪਵਾ ਦਿਓ ਨਾ, ਤਾਂ ਇਹ ਮੈਂ ਉਹਨੂੰ ਕਹਾਂਗਾ ਕੁਛ ਨਹੀਂ, ਸੱਚੀ ਗੱਲ। ਅਤੇ ਜੇ ਕਹਿਣਾ ਕੁਛ ਨਹੀਂ ਤਾਂ ਨਾਲ ਬਹਿੰਦਾ ਕੀ ਫਾਇਦਾ, ਕਹਿ ਵੀ ਜਿਹੜੇ ਬੈਠੇ ਉਹਨਾਂ ਦੀ ਬਾਦੂਆਂ ਮੈਂ ਲਹਿੰਗਾ। ਓਹ ਹੋ 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 ਹੋ, ਦਿਵਿਆ ਦਿੱਤਾ ਵੀ ਆਈ ਹੈ ਯਾਰ, ਆਈ ਜਸਟ ਲਵ ਹਿਮ। ਭਾਜੀ ਹਿਮ ਨਹੀਂ, ਹਰ ਹੁੰਦਾ, ਹਰ ਹੁੰਦਾ ਹੋਊਗਾ, ਸਾਡੀ ਆਪਣੀ ਅੰਡਰਸਟੈਂਡਿੰਗ ਹੈ। ਮੈਂ ਉਹਨਾਂ ਨੂੰ ਪਿਆਰ ਨਾਲ ਹਿਮ ਹਿਮ ਕਹਿੰਦਾ, ਉਹ ਮੈਨੂੰ ਪਿਆਰ ਨਾਲ ਸ਼ੀਸ਼ੀ ਕਹਿੰਦੀ ਹੈ। ਭਾਜੀ ਤੁਹਾਨੂੰ ਸ਼ੀਸ਼ੀ ਕਹਿੰਦੀ ਹੈ? ਹਾਂਜੀ, ਉਹ ਐਕਚੁਅਲੀ ਤੁਹਾਨੂੰ ਸ਼ੇਮ ਸ਼ੇਮ ਵਾਲਾ ਸ਼ੀਸ਼ੀ ਕਹਿੰਦੀ ਹੋਣੀ ਹੈ ਯਾਰ, ਪਰ ਵੈਸੇ ਕੀਤੀ ਹੋਣੀ ਤੂੰ ਕੀ ਐਸੀ ਪੁੱਠੀ ਸਿੱਧੀ ਹਰਕਤ? ਨਹੀਂ, ਕਾਹਦੀ ਹਰਕਤ ਕਰਨੀ ਯਾਰ, ਮੈਂ ਕੋਈ ਇੱਦਾਂ ਦਾ ਬੰਦਾ? ਦਿਵਿਆ ਤਾਂ ਮੇਰੀ ਛੋਟੀ ਗਰਲਫ੍ਰੈਂਡ ਵਰਗੀ, ਕੋਈ ਇੱਦਾਂ ਦੀ ਗੱਲ ਨਹੀਂ, ਮੈਂ ਕੁਛ ਨਹੀਂ ਕੀਤਾ। ਛੋਟੀ? ਹਾਂਜੀ, ਨਹੀਂ ਯਕੀਨ ਤਾਂ ਵੇਖ ਲਓ ਤੁਸੀਂ, ਛੋਟੀ ਅਤੇ ਕਿਊਟ ਜੀ, ਨਿੱਕੀ ਜੀ, ਸਾਡੀ ਪਿਆਰੀ ਜੀ ਹੀਰੋਇਨ, ਬੜੀ ਬਿਊਟੀਫੁਲ ਸਮਾਈਲ ਹੈ, ਲੋਕਾਂ ਦੇ ਵੀਜ਼ੇ ਪਾਸਪੋਰਟ 'ਤੇ ਲੱਗਦੇ ਨੇ, ਇਹਨਾਂ ਨੂੰ ਅੰਬੈਸੀ ਵਾਲਿਆਂ ਨੇ ਟੋਫੀ 'ਚ ਪਾ ਕੇ ਦਿੱਤਾ ਇਹ, ਕਹਿੰਦੇ ਜਾਓ ਵੀਜ਼ਾ ਚੂਜ਼ਦੇ ਹੋ, ਜਾਓ ਅਤੇ ਕੈਨੇਡਾ ਪਹੁੰਚੋ, ਇੰਜੋਏ ਕਰੋ। ਭਾਈ ਮੇਰੇ ਇਹਨਾਂ ਨੂੰ ਵੀਜ਼ਾ ਦੇਣ ਦੀ ਕੀ ਲੋੜ ਸੀ ਯਾਰ, ਇਹਨਾਂ ਨੂੰ ਚਿੱਠੀ 'ਚ ਪਾ ਕੇ ਭੇਜ ਦਿੰਦੇ ਤਾਂ ਪਹੁੰਚ ਜਾਣਾ ਸੀ। ਉਹ ਨਹੀਂ, ਚਿੱਠੀ ਖੁੱਲ੍ਹੀ ਹੁੰਦੀ ਵੀ ਠੰਡ ਠੁੰਡ ਲੱਗਦੀ ਅੰਦਰ, ਚਿੱਠੀ 'ਚ ਨਹੀਂ। ਭਾਅ ਜੀ ਕੰਮ ਤਾਂ ਕਰੋ, ਹਾਂਜੀ, ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਬੈਠੀਆਂ, ਮੇਰੀ ਥੋੜ੍ਹੀ ਤਾਰੀਫ ਤਰੂਫ ਕਰ ਦਿਓ। ਤਾਰੀਫ ਹੁਣੇ ਕਰ ਦਿੰਦੇ ਹਾਂ, ਬਹਿ ਜਾਓ ਬਹਿ ਜਾਓ, ਜ਼ਿਆਦਾ ਦੇਰ ਖਲੋਤੇ ਰਹਿਣ ਨਾਲ ਪੈਰ ਭਾਰੀ ਹੋ ਜਾਂਦਾ ਹੁੰਦਾ, ਬਹਿ ਜਾਓ। ਇਹ ਮੁੰਡੇ ਦੀ ਲਈ ਜ਼ੋਰਦਾਰ ਤਾਲੀ, ਇੱਕ ਵਾਰੀ ਖੁੱਲ੍ਹ ਕੇ ਹੋ ਜਾਣ। ਇਹ ਪਹਿਲਾ ਮੁੰਡਾ ਸਾਡਾ ਜਿਹਨੇ ਦਬੰਗ ਫਿਲਮ ਦੇ ਵਿੱਚ ਸਲਮਾਨ ਖਾਨ ਦੇ ਸਾਹਮਣੇ ਆਪਣੀ ਕਮੀਜ਼ ਲਾਉਣ ਦੀ ਹਿੰਮਤ ਕੀਤੀ ਹੈ, ਨਹੀਂ ਤੇ ਤੈਨੂੰ ਜ਼ਿਆਦਾ ਮਜ਼ਾ ਆਉਣ ਡਿਆ ਸਟੇਜ 'ਤੇ, ਹੈਲਨ ਖਲੋਤੀ ਸੀਟੀਆਂ ਕਦੀਆਂ ਨਿਕਲਣ ਡੀਆਂ ਨੇ, ਇਹ ਖੁਸ਼ੀ ਨਾ ਮਾਰਨ ਨੇ ਕਿ ਕਮਜ਼ੋਰੀ ਨਾਲ ਨਿਕਲੀ ਜਾਣ ਡੀਆਂ ਨੇ। ਇਹ ਮੁੰਡਾ ਜਿਹਨਾਂ ਨੇ ਕਮੀਜ਼ ਲਾਈ, ਅਤੇ ਹਾਲਾਂਕਿ ਦੋਵਾਂ ਦੀਆਂ ਛਾਤੀਆਂ ਵੇਖ ਕੇ ਲੱਗਦਾ ਸੀਗਾ ਵੀ ਸਲਮਾਨ ਖਾਨ ਦੀ ਹਿੰਮਤ ਕਿਵੇਂ ਪਈ ਇਹਦੇ ਸਾਹਮਣੇ ਕਮੀਜ਼ ਲਾਉਣ ਦੀ। ਭਾਜੀ ਐਸੀ ਗੱਲ ਨਹੀਂ, ਵੈਸੇ ਬੋਡੀ ਤਾਂ ਉਹਦੀ ਮਾੜੀ ਨਹੀਂ, ਮੈਂ ਤਾਰੀਫ ਕਰਨ ਤਾਂ ਕਹਿੰਦਾ ਉਹਦੀ ਬੋਡੀ ਮਾੜੀ ਨਹੀਂ, ਹੁਣ ਜਿਹੜਾ ਬੰਦਾ ਲੱਗ ਕੇ ਬੈਠਾ ਉਹਦੀ ਤਾਰੀਫ ਕਰੀਏ ਕਿ ਜਿਹੜਾ ਘਰ ਬੈਠਾ ਉਹਦੀ ਕਰੀ ਜਾਈਏ? ਭਾਜੀ ਚਲੋ ਤੁਸੀਂ ਤਾਰੀਫ ਰਹਿਣ ਦਿਓ, ਤੁਸੀਂ ਇੱਕ ਕੰਮ ਕਰੋ ਮੇਰਾ। ਹਾਂਜੀ, ਮੇਰੇ ਨਾ ਮੋਗੇ ਵਾਲੇ ਪੁਲਿਸ ਵਾਲੇ ਨੇ ਮੋਟਰਸਾਈਕਲ ਫੜ ਲਿਆ, ਉਹ ਛੁੜਾ ਦਿਓ ਤੁਸੀਂ। ਮੈਂ ਤੇਰਾ ਮੋਟਰਸਾਈਕਲ ਕਿੱਦੋਂ ਛੁਡਾਵਾਂ, ਮੇਰਾ ਆਪਣਾ ਸਕੂਟਰ ਫੜਿਆ ਗਿਆ ਇਹ ਗੱਲ। ਭਾਜੀ ਪੁਲਿਸ ਵਾਲਾ ਤਾਂ ਨਹੀਂ ਸਕੂਟਰ ਫੜਿਆ ਗਿਆ? ਉਹ ਪੁਲਿਸ ਨੇ ਨਹੀਂ ਫੜਿਆ ਸੀ, ਜਿਹਦਾ ਮੈਂ ਚੁੱਕਿਆ ਸੀ ਉਹਨੇ ਫੜ ਲਿਆ ਸੀ। ਚਲੋ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਇਹ ਅਵਾਰਡ ਫੰਕਸ਼ਨ ਟੋਰਾਂਟੋ 'ਚ ਹੋ ਰਿਹਾ, ਕਿਤੇ ਜਲੰਧਰ 'ਚ ਨਹੀਂ ਹੋਣ ਡਿਆ, ਇੱਥੇ ਪੈਸੇ ਬੜੇ ਪੈਂਦੇ ਨੇ, ਤਾਂ ਆਪਾਂ ਅਵਾਰਡ ਸ਼ੁਰੂ ਕਰੀਏ ਜਿਹੜਾ। ਹਾਂ ਦੱਸੋ ਤੁਸੀਂ ਕਿਹਨੂੰ ਕਿਹਨੂੰ ਅਵਾਰਡ ਦਈਏ ਆਪਾਂ? ਕਿਹਨੂੰ ਦੇਣਾ, ਜਿਹੜਾ ਸਾਡੇ ਕੰਮ ਦਾ ਫਾਇਦਾ ਦੇਵੇ ਸਾਨੂੰ ਉਹਨੂੰ ਦੇ ਦਿਓ, ਬਾਕੀਆਂ ਨੂੰ ਦੇ ਕੇ ਕਰਨਾ। ਭਾਜੀ ਵੈਸੇ ਜਿਹੜੀਆਂ ਸਾਹਮਣੇ ਸੋਹਣੀਆਂ ਸੋਹਣੀਆਂ ਕੁੜੀਆਂ ਬੈਠੀਆਂ ਉਹਨਾਂ ਨੂੰ ਦੇ ਦਈਏ? ਤੁਸੀਂ ਮਰ ਜਾਓ ਕਿਤੇ, ਸੋਹਣੀਆਂ ਸੋਹਣੀਆਂ ਕੁੜੀਆਂ ਸਰਵੀਨ ਚਾਵਲਾ ਅਤੇ ਨੀਰੂ ਬਾਜਵਾ ਅਤੇ ਦਿਵਿਆ ਦਿੱਤਾ, ਇਹ ਮੈਨੂੰ ਬੜਾ ਗੁੱਸਾ ਚੜ੍ਹਦਾ ਇਹਨਾਂ ਦੇ ਧਰਮ ਨਾਲ, ਕਿਤੇ ਮੈਂ ਕਿਤੇ ਲੇਡੀਜ਼ ਪੁਲਿਸ 'ਚ ਹੁੰਦਾ ਨਾ ਕਿਤੇ, ਅਤੇ ਮੈਂ ਫੜ ਕੇ ਅੰਦਰ ਕਰ ਦੇਣੀ ਹੈ। ਫਿਲਮਾਂ ਦੇ ਵਿੱਚ ਮੁੰਡਿਆਂ ਨੂੰ ਆਈ ਲਵ ਯੂ ਕਹਿੰਦੀਆਂ ਨੇ,
ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ, ਸਾਡੀ ਸਤਿ ਸ਼੍ਰੀ ਅਕਾਲ ਦਾ ਵੀ ਜਵਾਬ ਨਹੀਂ ਦਿੰਦੀਆਂ।